ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਪੈਂਦੀ ਰਾਮਨਗਰ ਪੰਚਾਇਤ ਦੀ ਸੁਰਜੀਤ ਕਲੋਨੀ ਦੇ ਵਿੱਚ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਦੇ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ। ਸਮਾਗਮ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਹਲਕੇ ਦੀ ਅਗਵਾਈ ਕਰ ਰਹੀ ਬੀਬੀ ਸਤਵਿੰਦਰ ਕੌਰ ਬਿੱਟੀ ਪਹੁੰਚੇ। ਇਸ ਤੋਂ ਇਲਾਵਾ ਵਾਰਡ ਨੰਬਰ 27 ਤੋਂ ਕਾਂਗਰਸ ਪਾਰਟੀ ਦੀ ਸਭ ਤੋਂ ਮਜ਼ਬੂਤ ਦਾਅਵੇਦਾਰ ਬਲਜੀਤ ਕੌਰ ਮੁੰਡੀ ਦੇ ਸਪੁੱਤਰ ਸੀਨੀਅਰ ਕਾਂਗਰਸੀ ਆਗੂ ਹਰਪ੍ਰੀਤ ਸਿੰਘ ਹੈਪੀ ਮੁੰਡੀਆਂ ਨੇ ਵੀ ਸ਼ਮੂਲੀਅਤ ਕੀਤੀ ਹੈ। ਹਰਦੀਪ ਸਿੰਘ ਮੁੰਡੀਆਂ ਦੀ ਪ੍ਰੇਰਣਾ ਦੇ ਨਾਲ ਦਰਜਣਾ ਹੋਰ ਪਰਿਵਾਰਾਂ ਨੇ ਬੀਬੀ ਬਿੱਟੀ ਦੀ ਅਗਵਾਈ ਦੇ ਵਿੱਚ ਕਾਂਗਰਸ ਦਾ ਪੱਲਾ ਫੜਿਆ। ਅੱਜ ਜੀ ਸੁਰਜੀਤ ਕਲੋਨੀ 'ਚ ਆਏ ਹਾਂ ਜੀ, ਮੈਂ ਸਾਰਿਆਂ ਦਾ, ਮੇਰੀਆਂ ਭੈਣਾਂ ਦਾ, ਮੇਰੀਆਂ ਮਾਵਾਂ ਦਾ, ਮੇਰੇ ਬਜ਼ੁਰਗਾਂ ਦਾ, ਮੇਰੇ ਭਰਾਵਾਂ ਦਾ ਮੈਂ ਦਿਲੋਂ ਸਤਿਕਾਰ ਕਰਦਾ ਜੀ। ਅਤੇ ਅੱਜ ਇੱਥੇ ਆ ਕੇ ਦੇਖਿਆ ਜੀ ਆਪਣੇ ਸੁਰਜੀਤ ਕਲੋਨੀ ਦੇ ਵਿੱਚ ਜਿਵੇਂ ਗਲੀਆਂ ਦਾ ਬਹੁਤ ਬੁਰਾ ਹਾਲ ਆ, ਟੋਏ ਪਾਏ ਪਏ ਨੇ। ਅੱਜ ਮਾਤਾ ਨੇ ਦੱਸਿਆ ਵੀ ਭਾਈ ਇੱਥੇ ਦਸਾਂ ਸਾਲਾਂ 'ਚ ਅਕਾਲੀਆਂ ਨੇ ਕੁਛ ਨਹੀਂ ਕਰਾਇਆ। ਮੈਂ ਇਹਨਾਂ ਨੂੰ ਇਹ ਭਰੋਸਾ ਦਿਵਾਉਣਾ, ਜੋ ਗਲੀਆਂ ਦੇ ਵਿੱਚ ਟੋਏ ਪਾਏ ਨੇ, ਮਤਲਬ ਪਾਣੀ ਖੜ੍ਹਾ ਵਾ, ਮੈਂ ਆਪਦੀ ਜੇ ਬੀ ਸੀ ਭੇਜ ਕੇ ਕੋਲੋਂ ਮਿੱਟੀ ਪਵਾ ਕੇ ਮੈਂ ਰੋਡ ਪੱਧਰ ਕਰਾ ਕੇ ਦੇਵਾਂਗਾ। ਅਤੇ ਮੈਂ ਇਹ ਮੈਨੂੰ ਸੇਵਾ ਕਰਨ ਦਾ ਸੰਗਤ ਮੌਕਾ ਦੇਣ, ਮੈਂ ਵੱਧ ਚੜ੍ਹ ਕੇ ਇਹਨਾਂ ਦੀ ਸੇਵਾ ਕਰਾਂ। ਸਭ ਤੋਂ ਪਹਿਲਾਂ ਸਮੂਹ ਪੰਜਾਬੀ ਨੂੰ ਸਤਿ ਸ਼੍ਰੀ ਅਕਾਲ ਜੀ, ਮੈਂ ਹਲਕਾ ਸਾਹਨੇਵਾਲ, ਅਸੀਂ ਸੁਰਜੀਤ ਕਲੋਨੀ 'ਤੇ ਬੋਲ ਰਹੇ ਹਾਂ। ਇੱਥੇ ਅੱਜ ਬਹੁਤ ਸਾਰੇ ਅਕਾਲੀ ਪਰਿਵਾਰਾਂ ਨੇ ਔਰ ਜਿਹੜੇ ਆਮ ਆਦਮੀ ਸੀਗੇ ਪਾਰਟੀ 'ਚ ਪਰਿਵਾਰਾਂ ਨੇ, ਉਹ ਕਾਂਗਰਸ ਦੇ ਨਾਲ ਸ਼ਾਮਿਲ ਹੋ ਗਏ ਹੈ। ਅਤੇ ਮੈਂ ਪਹਿਲਾਂ ਤਾਂ ਸਾਰੇ ਪਰਿਵਾਰਾਂ ਨੂੰ ਜੀ ਆਇਆਂ ਨੂੰ ਕਹਿੰਦੀ ਹਾਂ, ਮੈਨੂੰ ਇਹ ਪਤਾ ਹੈ ਕਿ ਅਸੀਂ ਪੰਜਾਬ 'ਚ ਜੰਮੇ ਹਾਂ ਔਰ ਸਾਰੇ ਅਸੀਂ ਇੱਕ ਹਾਂ ਔਰ ਅਸੀਂ ਸੱਚ ਦੇ ਨਾਲ ਖੜ੍ਹਦੇ ਹਾਂ। ਔਰ ਇੱਥੇ ਜਿਹੜੇ ਸੁਰਜੀਤ ਕਲੋਨੀ 'ਚ ਖਾਸ ਤੌਰ 'ਤੇ ਪਤਾ ਲੱਗਿਆ ਬਹੁਤ ਮੁਸ਼ਕਲ ਆ ਲੋਕਾਂ ਦਾ, ਤੁਹਾਡੀ ਲਿਵਿੰਗ ਤਾਂ ਤੁਸੀਂ ਦੇਖ ਸਕਦੇ ਹੋ, ਇੱਥੇ ਕੋਈ ਸੜਕ ਨਹੀਂ, ਕੋਈ ਡਿਵੈਲਪਮੈਂਟ ਨਹੀਂ। ਜਿਵੇਂ ਪਹਿਲੀ ਸਰਕਾਰ ਕਹਿੰਦੀ ਅਸੀਂ ਬਹੁਤ ਡਿਵੈਲਪਮੈਂਟ ਕੀਤੀ ਹੈ ਔਰ ਕਰਪਸ਼ਨ ਦੀਆਂ ਗੱਲਾਂ ਕਰਦੀ ਹੈ, ਤਾਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਹ ਮੈਨੂੰ ਪਤਾ ਲੱਗਿਆ ਕਿ ਇੱਥੋਂ ਦੇ ਸਰਪੰਚ ਸੀਗੇ ਜਿਨ੍ਹਾਂ ਨੇ ਆਹ ਪਰਚੀਆਂ ਕੱਟੀਆਂ ਨੇ, ਲੋਕਾਂ ਤੋਂ ਪੈਸੇ ਲਏ ਨੇ ਔਰ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਕਿ ਇਹ ਜਾਲੀ ਪਰਚੀਆਂ ਕੱਟੀਆਂ ਗਈਆਂ ਨੇ, ਲੋਕਾਂ ਤੋਂ ਪੈਸੇ ਇਕੱਠੇ ਕੀਤੇ ਗਏ ਹੈ। ਸੋ ਮੈਂ ਇਹਦੀ ਇਨਵੈਸਟੀਗੇਸ਼ਨ ਕਰਕੇ ਔਰ ਬਣਦੀ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਕਾਰਵਾਈ ਕੀਤੀ ਜਾਏਗੀ ਜੋ ਵੀ ਇਹਦੇ 'ਚ ਫਰੋਡ 'ਚ ਸ਼ਾਮਲ ਹੋਇਆ। ਲੁਧਿਆਣਾ ਤੋਂ ਗੁਰਪ੍ਰੀਤ ਸਿੰਘ ਮਹਿਦੂਦਾ ਦੀ ਰਿਪੋਰਟ, ਪਹਿਰੇਦਾਰ ਟੀਵੀ।